ਪੰਜਾਬ ਕਾਂਗਰਸ ਦੇ ਵੱਡੇ ਚਿਹਰੇ ਅਤੇ ਸਾਬਕਾ ਮੰਤਰੀ ਬ੍ਰਿਜ ਭੁਪਿੰਦਰ ਸਿੰਘ ਲਾਲੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ। ਸ਼ਾਹਕੋਟ ਜ਼ਿਮਨੀ ਚੋਣ ਲਈ ਪਾਰਟੀ ਤੋਂ ਟਿਕਟ ਨਾ ਮਿਲਣ ਕਰਕੇ ਨਾਰਾਜ਼ ਲਾਲੀ ਨੇ ਪੰਜਾ ਛੱਡ ਤੱਕੜੀ ਦਾ ਆਸਰਾ ਲਿਆ ਹੈ। ਕਾਂਗਰਸ ਦੀ ਬੇਅੰਤ ਸਿੰਘ ਸਰਕਾਰ ਮੌਕੇ ਗ੍ਰਹਿ ਮੰਤਰੀ ਰਹਿ ਚੁੱਕੇ ਲਾਲੀ ਨੂੰ ਸੁਖਬੀਰ ਬਾਦਲ ਨੇ ਅਕਾਲੀ ਦਲ ਵਿੱਚ ਖੁਸ਼ਾਮਦੀਦ ਕੀਤਾ ਹੈ। ਕਾਂਗਰਸੀ ਮੁਖੀ ਰਾਹੁਲ ਗਾਂਧੀ ਨੇ ਸ਼ਾਹਕੋਟ ਤੋਂ 2017 ਦੀਆਂ ਵਿਧਾਨ ਸਭਾ ਚੋਣਾਂ ਹਾਰੇ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਉੱਤੇ ਵੀ ਆਪਣਾ ਵਿਸ਼ਵਾਸ ਜਤਾਇਆ ਸੀ। ਇਸ ਮੌਕੇ ਸੁਖਬੀਰ ਬਾਦਲ ਨੇ ਕੈਪਟਨ ਸਰਕਾਰ ਉੱਤੇ ਵੀ ਕਈ ਸ਼ਬਦੀ ਹਮਲੇ ਕੀਤੇ। ਭਾਵ ਕਹਿੰਦਾ ਉਦੋਂ ਕਾਂਗਰਸ ਜੁਆਇਨ ਕੀਤਾ ਜਦੋਂ ਨਾ ਸੈਂਟਰ ਕਾਂਗਰਸ ਸੀ ਨਾ ਸਟੇਟ ਸੀ। ਉਦੋਂ 78 ਬਾਦਲ ਸਾਹਿਬ ਸੀ ਐਮ ਸੀ ਉੱਤੇ ਦਸਾਈ ਸਾਹਿਬ ਸੀ। ਅੱਜ ਮੈਂ ਛੱਡ ਕੇ ਜਾ ਰਿਹਾ ਜਦੋਂ ਭਰਿਆ ਮੇਲਾ ਕਾਂਗਰਸ ਦੇ ਵਿੱਚ 77 MLAs ਆ, 3.5-4 ਸਾਲ ਰਹਿੰਦੇ ਆ। ਬੜੇ ਦੁੱਖ ਨਾਲ ਮੈਂ ਛੱਡਦਾ 40 ਸਾਲ ਦੀ ਐਸੋਸੀਏਸ਼ਨ ਕਦੇ ਪਾਰਟੀ ਨਹੀਂ ਛੱਡੀ। ਔਖੇ ਸਮੇਂ ਪਾਰਟੀ ਦੇ ਨਾਲ ਰਿਹਾ, ਮਗਰ ਅੱਜ ਦੁਖੀ ਹੋ ਕੇ ਮੈਂ ਪਾਰਟੀ ਬਦਲ ਲੱਗਾ। ਔਰ ਇਹ ਮੇਰਾ ਪਹਿਲਾ ਚਾਂਸ ਹੈ ਪਾਰਟੀ ਛੱਡਣਾ ਜਦੋਂ ਪਾਰਟੀ ਤਕੜੇ ਦੇ ਵਿੱਚ। ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਲੋਕ ਪਾਰਟੀਆਂ 'ਚ ਜਦੋਂ ਪਾਵਰਫੁਲ ਹੁੰਦੇ ਆ। ਇਸ ਵਿੱਚ ਇੱਕ ਵੱਡਾ ਕਾਰਨ ਰਾਣਾ ਗੁਰਜੀਤ ਸਿੰਘ ਹੈ। ਹਰ ਥਾਂ ਦੇ ਉੱਤੇ ਉਹਦੀ ਇੰਟਰਫੇਰੈਂਸ, ਗਰੁੱਪਿਜ਼ਮ ਦਾ ਇੱਕ ਵਜ੍ਹਾ ਹੈ। ਇਹ ਮੈਂ ਨਹੀਂ ਕਹਿ ਰਿਹਾ, ਸਾਰੇ ਹੀ ਕਾਂਗਰਸ ਦੇ ਇੱਥੋਂ ਦੇ MLA ਅਸੀਂ ਕੈਪਟਨ ਸਾਹਿਬ ਨੂੰ ਜਾ ਕੇ ਮਿਲੇ। ਇਹ ਰਾਣਾ ਗੁਰਜੀਤ ਸਿੰਘ ਨੂੰ ਸਮਝਾਓ, ਇਹ ਬਹੁਤ ਦਖਲਅੰਦਾਜ਼ੀ ਕਰਦਾ ਹੈਗਾ। ਜਦੋਂ ਦਾ ਇਹ ਆਇਆ 2004 'ਚ ਇਹਨੂੰ ਬਣਾਇਆ, ਤੁਸੀਂ ਇਹਨੂੰ MP, ਤੁਸੀਂ ਵੇਖ ਲਓ ਗ੍ਰਾਫ ਕਾਂਗਰਸ ਦਾ ਥੱਲੇ ਨੂੰ। ਅੱਜ ਤੁਸੀਂ ਦੁਆਬੇ 'ਚ ਇਹਨੂੰ ਘੱਟ ਵੋਟਾਂ ਨਹੀਂ ਸੀ ਕਰਿਆ। ਬ੍ਰਿਜ ਭੁਪਿੰਦਰ ਸਿੰਘ ਜੀ ਜਦੋਂ ਵੀ ਇਲੈਕਸ਼ਨ ਲੜੇ, ਇੱਥੋਂ ਇਲੈਕਸ਼ਨ ਲੜੇ, ਐਂ ਬਰਾਬਰ ਦੀ ਟੱਕਰ ਸੀ ਅਤੇ ਬੜੀ ਦਲੇਰੀ ਨਾਲ ਲੜਦੇ ਸੀ। ਜੇ ਕੰਮ ਵੀ ਕੀਤੇ ਦਲੇਰੀ ਨਾਲ ਕੰਮ ਕੀਤੇ। ਸਰ ਬੇਅੰਤ ਸਿੰਘ ਜੀ ਦੀ ਸਰਕਾਰ 'ਚ ਹੋਮ ਮਿਨਿਸਟਰ ਰਹਿਣਾ ਅਤੇ ਬੜੇ ਦਲੇਰ ਹੋਮ ਮਿਨਿਸਟਰ ਰਹੇ। ਅਤੇ ਮੈਂ ਤੈਨੂੰ ਇੱਕ ਵੱਡੀ ਗੱਲ ਜਿਹੜਾ ਕਹਿਣਾ ਚਾਹੁੰਦਾ, ਜਿਹੜੇ ਇਹਨਾਂ ਨੇ ਬੜੀ ਜਦੋਂ ਗੱਲ ਹੋਈ ਤਾਂ ਕਹਿੰਦੇ ਜੀ ਮੇਰੀ ਸ਼ਰਤ ਕੋਈ ਨਹੀਂ। ਨਹੀਂ ਤਾਂ ਜੀ, ਕੋਈ ਸਟੇਜ 'ਤੇ ਤਾਂ ਕਹਿੰਦੇ ਸ਼ਰਤ ਨਹੀਂ, ਤਾਂ ਅੰਦਰੋਂ ਸ਼ਰਤਾਂ ਹੁੰਦੀਆਂ। ਪਰ ਇਹਨਾਂ ਨੇ ਸਿੱਧੀ ਗੱਲ, ਸਿੱਧੀ ਝਟਕੀ ਗੱਲ ਕਿ ਮੈਂ ਦਿਲੋਂ ਤੁਹਾਡੇ ਨਾਲ ਹਾਂ। ਅਤੇ ਮੈਂ ਕਹਿੰਦਾ ਸਾਨੂੰ ਬਹੁਤ ਵੱਡੀ ਸਟਰੈਂਥ ਮਿਲੀ ਹੈ ਅਤੇ ਮੈਂ ਇਹਨਾਂ ਨੂੰ ਵਿਸ਼ਵਾਸ ਦੇਣਾ, ਇੱਕ ਪਰਿਵਾਰ ਵਾਂਗੂ ਰੱਖਾਂਗੇ। ਅਕਾਲੀ ਦਲ ਵੀ ਇੱਕ ਪਰਿਵਾਰ ਹੈ ਸਾਡਾ, ਕੋਈ ਐਂ ਨਹੀਂ ਕਿ ਸਾਨੂੰ ਹਾਈਕਮਾਂਡ ਤੋਂ ਪਰਮਿਸ਼ਨ ਲੈਣੀ ਪੈਂਦੀ ਹੈ, ਕਿਸੇ ਤੋਂ ਕਰਨਾ ਪੈਂਦਾ। ਇੱਥੇ ਸਾਰੇ ਹਾਈਕਮਾਂਡ ਅਸੀਂ ਸਾਰੇ, ਸਾਡਾ ਪਾਰਟੀ ਦੇ ਸਿਸਟਮ ਅਤੇ ਕਾਂਗਰਸ ਦੇ ਪਾਰਟੀ ਦਾ ਸਿਸਟਮ ਬਹੁਤ ਫਰਕ ਹੈ। ਇੱਥੇ ਸਾਰਾ ਦਿੱਲੀਓਂ ਫੈਸਲੇ ਹੁੰਦੇ ਆ, ਇੱਥੇ ਸਾਡੇ ਅਸੀਂ ਪਰਿਵਾਰ ਵਾਂਗੂ ਕਰਦੇ ਹਾਂ। ਦੁੱਖ ਸੁੱਖ 'ਚ ਇੱਕ ਦੂਜੇ ਨਾਲ ਲੜਾਈ ਝਗੜੇ ਜਦੋਂ ਵੀ ਇਕੱਠੇ ਹੁੰਦੇ ਹਾਂ, ਅਸੀਂ ਇਕੱਠੇ ਹੁੰਦੇ ਹਾਂ। ਅਤੇ ਅੱਜ ਸਰਦਾਰ ਸਾਹਿਬ ਅੱਜ ਪਾਰਟੀ 'ਚ ਆਇਆ, ਮੈਂ ਉਹਨੂੰ ਜੀ ਆਇਆ ਕਹਿੰਦਾ, ਅਤੇ ਸਾਨੂੰ ਬੜੀ ਖੁਸ਼ੀ ਹੈ। ਮੈਂ ਆਪਣੇ ਪਿਤਾ ਬਾਦਲ ਸਾਹਿਬ ਨਾਲ ਵੀ ਰਾਤ ਨੂੰ ਗੱਲ ਕੀਤੀ, ਉਹ ਬੜੇ ਖੁਸ਼ ਸੀ। ਅਤੇ ਉਹਨਾਂ ਨੇ ਮੈਨੂੰ ਕਿਹਾ ਕਿ ਮੇਰੇ ਤਰਫੋਂ ਵੀ ਸਰਦਾਰ ਸਾਹਿਬ ਨੂੰ ਵਧਾਈ ਦੇਣ। ਅਤੇ ਮੈਂ ਅੱਜ ਬੇਨਤੀ ਕਰਦਾ ਨਾਇਬ ਸਿੰਘ ਜੀ ਨੂੰ, ਤੁਹਾਡੇ ਤਾਂ ਰਿਸ਼ਤੇਦਾਰੀ ਵੀ ਹੈ, ਜਿਵੇਂ ਬਜ਼ੁਰਗਾਂ ਤੋਂ ਆਸ਼ੀਰਵਾਦ ਲੈ ਕੇ ਉਵੇਂ ਇਹਨਾਂ ਦਾ ਆਸ਼ੀਰਵਾਦ
ਲੈ ਕੇ ਚੱਲਿਆ ਕਰੋ, ਕਿਉਂਕਿ ਬੜਾ ਐਕਸਪੀਰੀਅੰਸ ਹੈ ਜਿਹਨਾਂ ਲੋਕਾਂ ਨੂੰ, ਇਹਨਾਂ ਨੇ ਇਹ ਸਮਾਂ ਦੇਖੇ ਹੈ, ਇਹ ਜੀ ਸਿਆਸਤ ਕੀਤੀ ਹੈ, ਨਾਲੇ ਇਸ ਇਲਾਕੇ 'ਚ ਰਹੇ ਹੈ, ਨਾਲੇ ਕੰਮ ਕੀਤੇ ਹੈ, ਜੁੜੇ ਹੈ। ਅਤੇ ਮੈਂ ਕਈ ਜਗ੍ਹਾ 'ਤੇ ਪੁੱਛਿਆ ਸੀ, ਕਹਿੰਦੇ ਜਿੰਨੇ ਕੰਮ, ਜਿੰਨੀ ਇਹਨਾਂ ਦੀ ਪਕੜ ਇਸ ਇਲਾਕੇ 'ਚ ਇਹਨਾਂ ਦੀ ਸੀ, ਹੋਰ ਕਿਸੇ ਦੀ ਨਹੀਂ ਸੀ। ਅਤੇ ਇਸ ਕਰਕੇ ਸਾਨੂੰ ਬੜੀ ਸਟਰੈਂਥ ਮਿਲੀ ਹੈ, ਅਤੇ ਮੈਂ ਜਿਉਂ ਕਹਿੰਦਾ ਇਹਨਾਂ ਪੂਰਾ ਮਾਣ ਸਤਿਕਾਰ ਪਰਿਵਾਰ ਵਾਂਗੂ ਰੱਖਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।